ਦੇ ਬਸ ਔਰ ਟਾਈਮ ਦੇ ਗੱਲ ਪਤਾ ਚੱਲ ਜੇ ਟਾਈਮ ਦੇ ਆ ਟਾਈਮ ਹਾਂ ਟਾਈਮ ਤਾਂ ਟਾਈਮ ਤੇ ਨਹੀਂ ਨਾ ਮੰਦਾ ਟਾਈਮ ਨੂੰ ਤਾਂ ਲੈ ਕੇ ਤੇ ਪਰ ਇਸ ਟਾਈਮ ਥੋੜੀ ਚਾਚਾ ਹੁਣ ਐਟ ਟਾਈਮ ਮੇਰੇ ਜੇਬ ਵਿੱਚ ਸਿਰਫ 100 ਰੁਪਿਆ ਆ ਇਸ ਗੱਲ ਦੀ ਮੈਂ ਸੌ ਖਾਨੀ ਆ ਇਸ ਟਾਈਮ ਕੋਈ ਐਟ ਟਾਈਮ ਤੇ ਹੁਣ ਇਹਨੇ ਇਹਨੇ ਥੋੜੀ ਕਹਿੰਦੇ ਨਾ ਤੁਸੀਂ ਇੰਨਾ ਇੰਨਾ ਕੰਮ ਕਰਦੇ ਜੇ ਹੈ ਪਰਚਾ ਕਰ ਦੇਣਾ ਬਸ ਮੈਂ ਲੱਖ ਤੋਂ 35 ਦੇ ਆ ਗਿਆ ਹੁਣ ਤੇ ਮੈਂ ਇਹਦੇ ਥੱਲੇ ਥੋੜਾ ਜਾਣਾ ਹੁਣ ਨਗਦ ਲਿਆ ਕੇ ਦੋ ਬਸ ਮਿੰਟੋ ਮਿੰਟੀ ਜਿੱਥੋਂ ਮਰਜ਼ੀ ਲਿਆ ਕੇ ਦੋ ਭਾਵੇਂ ਗਹਿਣਾ ਗਹਿਣੇ ਪਾ ਕੇ ਲਿਆ ਕੇ ਦੋ ਫਿਰ ਲਿਆ ਦੋ ਜਾਓ ਸਮੈਕ ਫੜੀ ਆ ਨਸ਼ਾ ਅੱਜ ਦੇ ਸਮੇਂ ਪੰਜਾਬ ਦੇ ਵਿੱਚ ਅਤੇ ਪੰਜਾਬੀਅਤ ਦੇ ਲਈ ਇੱਕ ਅਜਿਹਾ ਕੋਹੜ ਹੈ ਜਿਸ ਦੇ ਕਰਕੇ ਅਨੇਕਾਂ ਨੌਜਵਾਨ ਅਨੇਕਾਂ ਬਜ਼ੁਰਗ ਅਤੇ ਘਰ ਦੇ ਇੱਕੋ ਇੱਕ ਸਹਾਰੇ ਤੱਕ ਵੀ ਇਸ ਜਹਾਨ ਤੋਂ ਤੁਰ ਜਾਂਦੇ ਨੇ ਅਤੇ ਹਰ ਰੋਜ਼ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ ਸੱਥਰ ਵਿਛਦੇ ਨੇ ਇਸ ਚਿੱਟੇ ਦੇ ਕਰਕੇ ਇਸ ਨਸ਼ੇ ਦੇ ਕਰਕੇ ਪਰ ਉੱਥੇ ਹੀ ਹਾਲੇ ਤੱਕ ਕਿਉਂ ਇਸ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਸਰਕਾਰਾਂ ਨਾਕਾਮ ਰਹੀਆਂ ਨੇ ਉਸ ਦੇ ਪਿੱਛੇ ਦਾ ਇੱਕ ਵੱਡਾ ਸੱਚ ਸਾਹਮਣੇ ਆਇਆ ਜਿੱਥੇ ਕਿ ਕਹਿ ਸਕਦੇ ਨੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਕੌਣ ਵਾਲੀ ਹੋਵੇਗਾ। ਇਸੇ ਤਰ੍ਹਾਂ ਹੀ ਇੱਕ ਪੁਲਿਸ ਵਾਲੇ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਨਸ਼ਾ ਵੇਚਣ ਵਾਲਿਆਂ ਦੇ ਨਾਲ ਕਿਸ ਤਰ੍ਹਾਂ ਸੌਦੇ ਕਰਦਾ ਹੈ, ਜਿਸ ਤਰ੍ਹਾਂ ਕਿ ਉਹ ਟਿੰਡੇ ਵੇਚਣ ਆਇਆ ਹੋਵੇ। ਆਓ ਦੇਖੋ ਤੁਸੀਂ ਇਸ ਫੁੱਲ ਵੀਡੀਓ ਦੇ ਵਿੱਚ ਅਤੇ ਅਜਿਹੇ ਪੁਲਿਸ ਵਾਲਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਕਮੈਂਟ ਕਰਨਾ। ਇੱਥੇ ਦੱਸਣਾ ਚਾਹਾਂਗੇ ਕਿ ਸਾਰੇ ਪੁਲਿਸ ਵਾਲੇ ਤਾਂ ਅਜਿਹੇ ਨਹੀਂ ਹੁੰਦੇ, ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਪੂਰਾ ਆਪਣਾ ਤਨ ਮਨ ਧਨ ਦੇ ਨਾਲ ਜ਼ੋਰ ਲਾਇਆ ਹੋਇਆ ਨਸ਼ੇ ਨੂੰ ਬੰਦ ਕਰਨ ਦੇ ਲਈ, ਪਰ ਉੱਥੇ ਕੁਝ ਕੁ ਅਜਿਹੇ ਪੁਲਿਸ ਵਾਲੇ ਉਹਨਾਂ ਦੀਆਂ ਮਿਹਨਤਾਂ ਨੂੰ ਵੀ ਖਰਾਬ ਕਰ ਰਹੇ ਹਨ ਜਿਹੜੇ ਕਿ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਦਿਨ ਰਾਤ ਇੱਕ ਕਰ ਰਹੇ ਨੇ। ਤੁਹਾਡਾ ਕੀ ਕਹਿਣਾ ਅਜਿਹੇ ਪੁਲਿਸ ਅਫਸਰਾਂ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਦੀ ਵਾਇਰਲ ਹੋ ਰਹੀ ਫੁੱਲ ਵੀਡੀਓ ਵੱਲ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ। ਅਤੇ ਦੋਸਤੋ ਅਜਿਹੇ ਲੋਕਾਂ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਅਜਿਹੇ ਲੋਕਾਂ ਦਾ ਚਿਹਰਾ ਹਰ ਇੱਕ ਦੇ ਸਾਹਮਣੇ ਆ ਸਕੇ, ਤਾਂ ਕਿ ਅਜਿਹੇ ਲੋਕ ਜੋ ਕਿ ਪੁਲਿਸ ਮਹਿਕਮੇ ਨੂੰ ਵੀ ਬਦਨਾਮ ਕਰ ਰਹੇ ਨੇ ਉਹਨਾਂ ਦਾ ਪਰਦਾਫਾਸ਼ ਹੋ ਸਕੇ। ਸੋ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਇਹ ਫੁੱਲ ਵੀਡੀਓ। ਸਿਰਫ 100 ਪਰ ਇਸ ਟਾਈਮ ਥੋੜੀ ਚਾਚਾ ਹੁਣ ਐਟ ਟਾਈਮ ਮੇਰੇ ਜੇਬ ਵਿੱਚ ਸਿਰਫ 100 ਰੁਪਿਆ ਆ ਇਸ ਗੱਲ ਦੀ ਮੈਂ ਸੌ ਖਾਨੀ ਆ ਇਸ ਟਾਈਮ ਕੋਈ ਐਟ ਟਾਈਮ ਤੇ ਹੁਣ ਇਹਨੇ ਇਹਨੇ ਥੋੜੀ ਕਹਿੰਦੇ ਨਾ ਤੁਸੀਂ ਇੰਨਾ ਇੰਨਾ ਕੰਮ ਕਰਦੇ ਜੇ ਹੈ ਠੀਕ ਹੈ ਮੈਂ ਪਰਚਾ ਕਰ ਦੇਣਾ ਬਸ ਮੈਂ ਲੱਖ ਤੋਂ 35 ਦੇ ਆ ਗਿਆ ਹੁਣ ਤੇ ਮੈਂ ਇਹਦੇ ਥੱਲੇ ਥੋੜਾ ਜਾਣਾ ਹੁਣ ਨਗਦ ਲਿਆ ਕੇ ਦੋ ਬਸ ਮਿੰਟੋ ਮਿੰਟੀ ਜਿੱਥੋਂ ਮਰਜ਼ੀ ਲਿਆ ਕੇ ਦੋ ਭਾਵੇਂ ਗਹਿਣਾ ਗਹਿਣੇ ਪਾ ਕੇ ਲਿਆ ਕੇ ਦੋ ਟਾਈਮ ਖਰਾਬ ਕਰਨਗੇ ਭਾਪੀ ਲਿਆ ਕੇ ਦੋ ਧਾਰ ਨੀ ਮੈਂ
बेचारे किराना बेचन डे दो रुपया का समान टाइम ना खराब समैक फड़ी है।